ਕੇ ਇਹ ਸ਼ਹੀਦੀ ਦਿਹਾੜਾ, ਸ਼ਹੀਦੀ ਹਫਤਾ, ਸਪਤਾਹ, ਗੁਰੂ ਚਰਨਾਂ ਚ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਚ, ਵੱਡੇ ਸਾਹਿਬਜ਼ਾਦਿਆਂ ਦੇ ਚਰਨਾਂ ਚ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸਾਹਿਬਜ਼ਾਦਿਆਂ ਨੇ, ਵੱਡੇ ਸਾਹਿਬਜ਼ਾਦਿਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁੜਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ, ਧੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ। ਉਹ ਇਹਨਾਂ ਦਿਨਾਂ ਚ ਤਾਂ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਹੈ। ਫਰਕ ਮੇਰਾ ਤੇ ਸਰਕਾਰ ਦਾ ਇਹ ਹੈ, ਕੱਲ ਸ਼ਹੀਦੀ ਦਿਹਾੜਾ ਸੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ, ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁੱਜਦੇ ਸੀ ਉਸ ਦਿਨ। ਇਹ ਮਾਨਸਿਕਤਾ ਹੈ ਦਿੱਲੀ ਵਾਲਿਆਂ ਦੀ, ਜੋ ਅੱਜ ਦੇ ਦਿੱਲੀ ਵਾਲੇ ਨੇ। ਇਸ ਲਈ ਮੇਰੇ ਵੀਰੋ, ਮੇਰਾ ਤੇ ਕੇਜਰੀਵਾਲ ਚ ਫਰਕ ਇੰਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਦਿਆ। ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ ਚ ਭੱਜ ਉੱਠਿਆ। ਮਗਰ ਮਜੀਠੀਏ ਦਾ ਤੇ ਕੇਜਰੀਵਾਲ ਦਾ ਫਰਕ ਇਹ ਹੈ ਕਿ ਮੈਂ ਲਾਅ ਅਬਾਈਡਿੰਗ ਸਿਟੀਜ਼ਨ ਹਾਂ, ਕਾਨੂੰਨ ਚ ਮੈਨੂੰ ਪੂਰਾ ਵਿਸ਼ਵਾਸ ਹੈ, ਔਰ ਉਸ ਵਿਸ਼ਵਾਸ ਕਰਕੇ ਹਰ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਨੇ। ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ, ਉਸ ਜਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ। ਜੇ ਕੋਈ ਮੀਡੀਆ ਵਾਲਾ ਕੋਈ ਗੱਲ ਦਿਖਾਵੇ ਉਹਦਾ ਚੈਨਲ ਬੈਨ ਹੋ ਜਾਂਦਾ ਜਾਂ ਉੱਤੇ ਕਾਰਵਾਈ ਹੋ ਜਾਂਦੀ ਹੈ। ਇਸ ਲਈ ਜੋ ਐਮਰਜੈਂਸੀ ਲੱਗੀ ਹੈ, ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ, ਗੁਰੂ ਘਰ ਦੇ ਕੂਕਰ ਦਾ ਫਰਜ਼ ਹੈ। ਮੈਂ ਆਪਦੀ ਫਰਜ਼ ਦੀ ਅਦਾਇਗੀ ਕਰਦਾ ਰਹੂੰਗਾ। ਔਰ ਕਮਾਲ ਦੀ ਗੱਲ ਇਹ ਹੈ ਕਿ 2 ਸਾਲ ਹੋ ਗਏ ਜੀ ਪਰਚੇ ਨੂੰ, ਜਿਵੇਂ ਐਨੀਵਰਸਰੀ ਹੁੰਦੀ ਨਾ ਵਿਆਹ ਦੀ, ਇਹ ਪਰਸੋਂ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਹੈ। ਤੇ ਕਹਾਣੀ ਹੈ 2013 ਦੀ, 11 ਸਾਲ ਸਿਰਫ ਤੇ ਸਿਰਫ ਪੋਲੀਟਿਕਸ ਵਾਸਤੇ, ਔਰ ਪੋਲੀਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ। ਜੋ ਪੰਜਾਬ 'ਚ ਡਰੱਗਸ ਦੇ ਹਾਲਾਤ ਨੇ ਉਹਦੇ ਤੇ ਆਨਰੇਬਲ ਹਾਈ ਕੋਰਟ, BSF, ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੱਡਾ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਸਾਬਤ ਹੋਈ ਹੈ। ਮਗਰ ਪੋਲੀਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ। ਜੇਸ DGP ਨੇ ਦਾਸ ਤੇ ਉਦੋਂ ਪਰਚਾ ਕੀਤਾ ਸੀ ਚੱਟੋਪਾਧਿਆ ਦੇ, ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ
ਜਸਟਿਸ ਇੰਦੂ ਮਲਹੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ, ਅੱਜ ਮੇਜਰ ਪੈਨਲਟੀਆਂ ਉਹਨਾਂ ਨੂੰ ਮਿਲੀਆਂ ਨੇ। ਦੇਖੋ, ਕਿਉਂਕਿ ਮੈਂ ਲਾਅ ਅਬਾਈਡਿੰਗ ਸਿਟੀਜ਼ਨ ਹਾਂ, ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ। ਔਰ ਅਫਸਰ ਸਾਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ। ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ, ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ, ਕਈ ਚਾਰਜਸ਼ੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ, ਉਹਨਾਂ 'ਚੋਂ ਇੱਕ ਜਨਾਬ ਨੇ ਜਿਹਨਾਂ ਕੋਲ ਮੈਂ ਚੱਲਿਆ, ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜਾਏ, ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ, ਥੋੜੇ ਦਿਨਾਂ 'ਚ ਰਿਟਾਇਰਮੈਂਟ ਵੀ ਹੈ। ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ, ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ, ਕਿਉਂਕਿ 8ਵੀਂ ਸਿੱਟ ਬਣ ਗਈ ਹੈ, ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ, ਮੈਂਬਰ ਰਾਜਵੀਰ ਚਾਹੀਦਾ ਤੁਹਾਡਾ, ਇੱਕ ਓਐਸਟੀ, ਇੱਕੋ ਦੂਜਾ ਜਿਹਦੇ ਸਿਰ ਤੇ ਵਾਲ ਘੱਟ ਨੇ ਪੰਨੂ, ਇੱਕ ਉਹ ਚਾਹੀਦਾ, ਇੱਕ ਸੁਖਵੀਰ ਤੁਹਾਡਾ ਓਐਸਟੀ ਚਾਹੀਦਾ, ਕਿਉਂਕਿ ਹੈ ਹੀ ਸਾਰਾ ਕੰਮ ਸਿਆਸੀ। ਦੇਖੋ, 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜਿਹਨੂੰ ਖਲੋਣਾ ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ, ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਕਢਾ ਦਿੱਤੇ। ਕਹਿਣ ਦਾ ਭਾਵ ਕਿ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ, ਹੋਮ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਆਪ ਚਲਾ ਰਹੇ ਆ, ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਿਕਾਰ ਕਰਦਾ, ਲਾਅ ਅਬਾਈਡਿੰਗ ਸਿਟੀਜ਼ਨ ਆ, ਕੇਜਰੀਵਾਲ ਵਾਂਗੂ ਮੈਂ ਭੱਜਦਾ ਨਹੀਂ, ਆਪਦੇ ਹਿੱਕ ਤੇ ਗੁਰੂ ਤੋਂ ਡਰ ਕੇ, ਗੁਰੂ ਦਾ ਆਸ਼ੀਰਵਾਦ, ਗੁਰੂ ਦੀ ਚਰਨਾਂ ਦੇ ਸੀਸ ਝੁਕਾ ਕੇ ਆਪਦੀ ਜ਼ਿੰਮੇਵਾਰੀ ਨੂੰ ਸਮਝਦਾ, ਇਸ ਲਈ ਮੈਂ ਅੱਜ ਪੇਸ਼ ਹੋਣ ਵਾਸਤੇ ਆਇਆ। ਪੋਲਿਟਿਸਾਈਜ਼ੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ। ਲੋਕ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ, ਉਹਨਾਂ ਮੁੱਦਿਆਂ ਤੇ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਹੈ, ਕਹਿੰਦੇ ਨੈਸ਼ਨਲ ਮੀਡੀਆ ਵੀ ਆਇਆ। ਹੁਣ ਮੈਂ ਤਾਂ ਦਾਸ, ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ, ਤੁਹਾਨੂੰ ਸੱਦਾ ਦੇ ਤਾ ਭਗਵੰਤ ਮਾਨ ਨੇ, ਉਹਨੂੰ ਇਹ ਸਵਾਲ ਜ਼ਰੂਰ ਪੁੱਛਿਓ, ਕੇਜਰੀਵਾਲ ਨੂੰ ਵੀ ਭਾਈ ਪੇਸ਼ ਕਰਾ ਦੀ, ਈਡੀ ਸੱਦੀ ਜਾਂਦੀ ਆ, ਉਹ ਨਾ ਭੱਜਿਆ ਕਰੇ। ਪੁਲਿਸ ਬਹੁਤ ਅੱਜ ਲਗਾਈ ਹੋਈ ਐਵੇਂ ਲੱਗ ਰਿਹਾ, ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਬਣਿਆ, ਮੈਨੂੰ ਲੱਗਦਾ ਅਗਲੀ ਵਾਰੀ 144 ਨਾ ਲਾ ਦੇਣ। ਇਸ ਲਈ ਮੈਂ ਕਦੇ ਚਾਹੁੰਦਾ ਕਿ ਅਗਲੀ ਵਾਰੀ ਸਿੱਟ ਨੇ ਜੇ ਭਗਵੰਤ ਮਾਨ ਦੀ ਬਣ ਗਿਆ, ਮੈਂ ਸੀਐਮ ਹਾਊਸ ਹੀ ਚਲੇ ਜਾਇਆ ਕਰੂੰਗਾ, ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗੇ ਭਾਈ। ਇਹ ਹੈ ਹਾਂਜੀ, ਦੇਖੋ 9 ਤਰੀਕ ਨੂੰ ਆਈ ਸਪੋਕ ਇਨ ਫੇਵਰ, ਇੱਕ ਪੰਜਾਬ ਦੀ ਧੀ ਦੇ ਹੱਕ 'ਚ ਮੈਂ ਬੋਲਿਆ, ਔਰ 11 ਤਰੀਕ ਨੂੰ ਮੈਨੂੰ ਸੰਮਨ ਆ ਗਏ, 2 ਸਾਲ ਦੇ ਤਾਂ ਸੁੱਤੇ ਪਏ ਆ। ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ, ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ। ਤੁਹਾਡੇ ਖਿਲਾਫ਼ ਤਾਂ ਇੰਨੀ ਸਖ਼ਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ, ਇਹ ਸਿਰਫ ਤੇ ਸਿਰਫ ਸਿਆਸਤ ਹੈ।
ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਥੀ ਲਊ ਉਹਨੂੰ ਫਿਰ ਸਟੇਟ ਪੁਲਿਸ ਵਰਤੀ ਜਾਊਗੀ, ਉਹਨੂੰ ਤੰਗ ਪਰੇਸ਼ਾਨ ਕਰੂਗੀ। ਤੇ ਫੇਰ ਕੀ ਹੁੰਦਾ, ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਸ਼ੇਰਾਂ ਦੇ ਪਿੰਜਰੇ, ਕਮਾਲ ਹੋ ਗਈ ਤੇਰੇ ਵਾਲੀ, ਪਿੰਜਰੇ ਚ ਸ਼ੇਰ ਹੀ ਬੰਦ ਹੁੰਦੇ ਆ, ਹੋਰ ਨੀ ਹੁੰਦਾ ਮੇਰਾ ਵੀਰੇ, ਤੂੰ ਫਿਕਰ ਲਾ ਦੇ। ਹਾਂਜੀ ਹਾਂਜੀ ਮਜੀਠੀਆ ਕੇਜਰੀਵਾਲ ਨਹੀਂ ਹੈ, ਜਬ ਫਿਕਰ ਤੇਰੀ ਸੋਚ ਪੇ, ਜਬ ਈਡੀ ਬੁਲਾਏ ਕੇਜਰੀਵਾਲ ਭਾਗਤਾ ਹੈ, ਔਰ ਜਦ ਮਜੀਠੀਏ ਕੋ ਸਿਆਸੀ ਸਿਆਸਤ ਸੇ ਪ੍ਰੇਰਿਤ ਐਸ ਆਈ ਟੀ ਸਦਤੀ ਹੈ ਮਜੀਠੀਆ ਆਤਾ, ਔਰ ਜੋ ਐਸ ਆਈ ਟੀ ਨੇ ਮੇਰੇ ਕੋ ਬੁਲਾਇਆ ਹੈ ਉਨਕੇ ਮੁਖੀ ਕੋ ਖਿਲਾਫ ਸੁਪਰੀਮ ਕੋਰਟ ਨੇ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਮੇ ਬੜੇ ਸਖਤ ਟਿੱਪਣੀਆਂ ਦੀ ਹੋਈਆਂ, ਮਗਰ ਮੈਂ ਲਾ ਅਬਾਈਡਿੰਗ ਸਿਟੀਜ਼ਨ ਹੂੰ, ਮੈਂ ਕਾਨੂੰਨ ਕਾ ਸਤਿਕਾਰ ਕਰਤਾ, ਔਰ ਮੈਂ ਚਾਹੂੰਗਾ ਕਿ ਐਸ ਆਈ ਟੀ ਵੀ ਕਾਨੂੰਨ ਕੇ ਦਾਇਰੇ ਮੇ ਰਹਿ ਕੇ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰੇ, ਕਿਸੀ ਡਰ ਕੇ ਬਾਪ ਸੇ ਨਾ ਕਰੇ, ਕਿਉਂਕਿ ਉਨਕੀ ਇਨਕੁਆਇਰੀ ਵੀ ਚੱਲ ਰਹੀ ਹੈ ਚੀਫ ਮਿਨਿਸਟਰ ਸਾਹਿਬ ਕੋ। ਹਾਂਜੀ ਮੈਂ ਓਪਨ ਚੈਲੰਜ, ਔਰ ਸੀਐਮ ਕੋ ਕਹੂੰਗਾ ਕਿ ਇਹ ਸੀਟ ਤੋਂ 31 ਕੋ ਰਿਟਾਇਰ ਹੋ ਜਾਏਗੀ, ਇਸਕੇ ਹੈਡ ਅਗਲੀ ਸੀਟ ਕੇ ਹੈਡ ਵੋ ਆਪ ਬਨੇ, ਔਰ ਸਾਥ ਮੇ ਕੇਜਰੀਵਾਲ ਕੋ ਰੱਖਣਾ ਹੈ ਯਾ ਆਪਣੇ ਓਐਸਡੀ ਕੋ ਰੱਖਣਾ ਹੈ ਯਾ ਇੱਕ ਗੰਜੂ ਹੈ ਇਸਕੇ ਸਾਥ ਉਸਕੋ ਰੱਖਣਾ ਹੈ, ਰੱਖ ਲੇ, ਦੋ ਦੋ ਹੱਥ ਸਿੱਧੇ ਕਰੇਂਗੇ ਫਿਰ। ਸੁਣ ਜਾ ਆਵੇ। ਜੀ ਕੋਟਨ ਕੋਟ ਧੰਨਵਾਦ ਜੀ ਤੁਹਾਡਾ। ਦੇਖੋ ਅਸੀਂ ਕੇਜਰੀਵਾਲ ਤੇ ਦਾਸ ਚ ਇੱਕੋ ਫਰਕ ਹੈ, ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟਰ ਨੇ ਭੱਜਿਆ ਤੇ ਸੱਦਿਆ ਤੇ ਉਹ ਭੱਜ ਗਿਆ, ਉਹ ਭਗੌੜਾ ਹੋ ਗਿਆ, ਤੇ ਭੱਜਿਆ ਵੀ ਕਿਹਦੇ ਜਹਾਜ਼ ਤੇ, ਕੇਜਰੀਵਾਲ ਇਹਦੇ ਭਗਵੰਤ ਮਾਨ ਦੇ ਜਹਾਜ਼ ਭਾਈ। ਅਸੀਂ ਅੱਜ ਕਿਉਂਕਿ ਇਹ ਸਪਤਾਹ ਚੱਲਦਾ ਸ਼ਹੀਦੀ ਸਪਤਾਹ, ਔਰ ਜ਼ੁਲਮ ਦੇ ਖਿਲਾਫ ਲੜਨਾ, ਹੱਕ ਸੱਚ ਖਲੋਣਾ ਇੱਕ ਗੁਰਸਿੱਖ ਦੀ ਜ਼ਿੰਮੇਵਾਰੀ ਹੈ। ਮੈਂ ਕਾਨੂੰਨ ਦਾ ਸਤਿਕਾਰ ਕਰਦਾ, ਕਾਨੂੰਨ ਚ ਵਿਸ਼ਵਾਸ ਰੱਖਦਾ, ਧੱਕਾ ਸਰਕਾਰ ਜੀ ਸੱਦ ਕੇ ਕਰੇ। ਮੇਰਾ ਗੁਨਾਹ ਇਹ ਹੈ ਕਿ 9 ਤਰੀਕ ਨੂੰ ਮੈਂ ਧੀ ਬੇਟੀ ਦੇ ਹੱਕ ਚ ਖਲੋਤਾ ਸੀ, ਸੀਐਮ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਮੈਨੂੰ 11 ਨੂੰ ਸਿੱਧਾ ਪੱਤਰ ਕਟਾ ਲਿਆ। ਹੁਣ ਸੀਐਮ ਸਾਹਿਬ ਅਗਲੀ ਜਿਹੜੀ ਸਿੱਟ ਬਣਨੀ ਹੈ, ਕਿਉਂਕਿ ਇਹ ਤਾਂ 31 ਨੂੰ ਰਿਟਾਇਰ ਹੋ ਜਾਣੇ, ਉਹਦੇ ਮੁਖੀ ਤੁਸੀਂ ਆਪ ਹੀ ਬਣਿਓ, ਕਿਉਂਕਿ ਦੋ ਦੋ ਹੱਥ ਮੈਂ ਹੁਣ ਤੇਰੇ ਨਾਲ ਕਰਨ ਦੇ ਮੂਡ ਚ ਆਇਆ, ਤੇ ਮੈਨੂੰ ਤੇ ਜੀ ਪ੍ਰੈਸ ਵਾਲੇ ਆ ਇੱਥੇ ਮੈਨੂੰ ਪੁੱਛਦੇ, ਪ੍ਰੈਸ ਵਾਲੇ ਵੀਰ ਕਹਿੰਦੇ ਤੈਨੂੰ ਫੜ ਲੈਣਾ, ਤੇ ਭਾਉ ਪਿੰਜਰੇ ਚ ਸ਼ੇਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫੇਰ ਕੀ ਹੋ ਗਿਆ ਜੇ ਪਿੰਜਰੇ ਚ ਬੰਦ ਕਰਨ, ਮਗਰ ਸ਼ੇਰ ਪਿੰਜਰੇ ਦਾ ਗਾਹਕ ਨੀ ਨਿਕਲ ਕੇ ਆਊਗਾ, ਇਸ ਲਈ ਇਹਦੇ ਇਹ ਜਿਹੜੀਆਂ ਗਿੱਦੜ ਧਮਕੀਆਂ ਨੇ ਨਾ, ਜਾਂ ਪ੍ਰਸ਼ਾਸਨ ਨੂੰ ਵਰਤਣਾ, ਧੱਕਾ ਕਰਨਾ,
ਇਹ ਭਗਵੰਤ ਮਾਨ ਤੇ ਕੇਜਰੀਵਾਲ ਦੀ ਸੋਚ ਹੋ ਸਕਦੀ ਹੈ, ਉਹਦੇ ਖਿਲਾਫ ਮੈਂ ਡਟ ਕੇ ਲੜੂੰਗਾ। ਔਰ ਭਗਵੰਤ ਮਾਨ ਜੀ, ਅੱਜ ਤੁਹਾਨੂੰ ਦੱਸ ਕੇ ਚੱਲਿਆ ਕਿ ਕੱਲ ਪਰਸੋਂ ਤਾਂ ਹਲੇ ਸ਼ਹੀਦੀ ਸਪਤਾਹ ਚੱਲਦਾ, ਹਲੇ ਨਹੀਂ ਸ਼ਹੀਦੀ ਸਪਤਾਹ ਲੰਘ ਲੈਣ ਦਿਓ, ਸਾਨੂੰ ਸਤਿਕਾਰ ਨਾਲ ਅਦਬ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਚ, ਵੱਡੇ ਸਾਹਿਬਜ਼ਾਦਿਆਂ ਦੇ ਚਰਨਾਂ ਚ, ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋ ਲੈਣ ਦਿਓ। ਉਸ ਤੋਂ ਬਾਅਦ ਤੁਹਾਡੇ ਨਾਲ ਦੋ ਦੋ ਹੱਥ ਫੇਰ ਕਰਾਂਗੇ। ਥੈਂਕ ਯੂ।